हाय दोस्तों, मैं हां लाड़ असमान ते मान टॉकीज़ ने तुहाडा स्वागत है। अज फिर एक दर्द भरी दास्तान लेके तुहाडे सामने पेश होया हां। मेरे कोल बापू जी बैठे ने जिन्हां ने 47 दी वंड वेले ये सब दुकान देखिया। तो मैनू किसी ने दसिया कि बापू जी एक नाल दा पिंड उत्थे रहिंदे ने, जाके मिलो। मैं इन्हां नूं मिलिया ते इन्हां मेरा वेलकम किया। तो इन्होंने मैं अपने 5 मिनट मिलने का मौका दिता, गलबात करने का मौका दिता। तो आओ जी बापू जी ना गल करते हैं। बापू जी सत श्रीकाल जी। सत श्रीकाल जी। बापू जी तुहाडा नाम जानना चाहवांगा जी। करतार सिंह। करतार सिंह। करतार सिंह चीमा जी। हां जी, करतार सिंह चीमा। करतार सिंह चीमा। ते अपना ए पिंड दा की नाम जी? हरबंसपुरा पिंड सी ओ इत्थे इस पिंड दा। हां जी, आ पिंड जी बूसोवाल। बूसोवाल ते मेरा ख्याल सुल्तानपुर लोधी ही तुहानू पैंदा ना लगे? हां, सुल्तानपुर लोधी डाखाना सा जी। ते इत्थे आपां मतलब खेतीबाड़ी करदे आ जां कोई दुकानां जां की कम्म आ जी अपना? खेतीबाड़ी कर रहे। ठीक है जी। ते मैं जिन्हां पुछिया जी, मतलब जिन्हां लोकां ने मैनूं तुहाडे कोल घल्लिया आ, जिन्हां लोकां ने मैनूं तुहाडे कोल घल्लिया बापू जी, ते उन्हां ने दस्सा जी शायद तुसीं पहलों आर्मी बैकग्राउंड च रहे हो शायद? हां जी, मैं आर्मी दे विच नौकरी 20 साल कीती। ठीक है जी, 20 साल। बापू जी पता लगा कि 47 का दुकान तुसीं भी वेख्या, तुसीं भी वो जिहड़ा अजाड़ा सी उहदे विच तुहानूं भी वो माड़ा वक्त वेखना पिया। ते ये जानना चाहवांगा जी पाकिस्तान बारे, क्योंकि तुसीं तां जानदे हो सब वक्त वेख्या। ते किहड़ा पिंड सी जी अपना उधर? उधर हरबंसपुरा पिंड सी। हरबंसपुरा किथे करके पैंदा जी? ये जिहड़े गुजरात दे विच सी। ਜ਼ਿਲ੍ਹਾ ਗੁਜਰਾਤ? ਹਾਂ ਜੀ। ਠੀਕ ਹੈ, ਕਿਉਂਕਿ ਆਪਣੇ ਹਿੰਦੁਸਤਾਨ ਚ ਇੱਕ ਸਟੇਟ ਗੁਜਰਾਤ ਆ ਤੇ ਪਾਕਿਸਤਾਨ ਚ ਜ਼ਿਲ੍ਹਾ ਗੁਜਰਾਤ ਆ। ਹਾਂ ਜੀ। ਮੇਰੇ ਖਿਆਲ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਵੀ ਉੱਥੇ ਗੁਜਰਾਤ, ਜਿਹੜੀ ਤੋਪਾਂ ਦੀ ਲੜਾਈ ਮੰਨੀ ਜਾਂਦੀ ਨਾ, ਇਹ ਉੱਥੇ ਗੁਜਰਾਤ ਚ ਹੋਈ ਨਾ? ਹਾਂ ਜੀ, ਹਾਂ ਜੀ। ਜਿਹੜਾ ਸਿੱਖਾਂ ਨੂੰ ਡੋਗਰਿਆਂ ਨੇ ਪਤਾ ਨੀ ਕੀ ਉਹ ਬਰੂਦ ਦੀ ਥਾਂ ਪਤਾ ਨੀ ਸਰੋਂ ਕੀ ਦੇ ਕੇ ਘੱਲਤਾ ਸੀ, ਤੇ ਉੱਥੇ ਹਾਰ ਗਿਆ ਸੀ ਨਾ? ਹਾਂ ਜੀ, ਹਾਂ ਜੀ ਜੀ। ਤੇ ਆਪਣਾ ਪਿੰਡ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੀ ਆਪਣਾ ਉਧਰ? ਗੁਜਰਾਤ। ਅੱਛਾ, ਗੁਜਰਾਤ ਦੇ ਲਾਗੇ ਪਾਸੇ ਦੇ ਦੋ ਚਾਰ ਪਿੰਡਾਂ ਦੇ ਨਾਂ ਲੈ ਦਿਓ ਜੀ ਪਲੀਜ਼, ਯਾਦ ਆ ਦੇ ਨਾਲ। ਪਿੰਡ ਹਰਬੰਸਪੁਰਾ। ਹਾਂਜੀ। ਫੇਰ ਉੱਥੇ ਨਾਲ ਸ਼ਾਹਦਾ ਖੂਹ। ਸ਼ਾਹਦਾ ਖੂਹ, ਠੀਕ ਹੈ ਜੀ। ਹਾਂਜੀ। ਫੇਰ ਉੱਥੇ ਹੈਗਾ ਸੀ ਚੱਕ ਗੁਰਮੁਖ ਸਿੰਘ ਦਾ। ਚੱਕ ਗੁਰਮੁਖ ਸਿੰਘ ਦਾ, ਠੀਕ ਹੈ ਜੀ। ਗੁਰਮੁਖ ਸਿੰਘ ਦਾ ਸਰਬੋਧੇ ਜ਼ਿਲ੍ਹੇ ਵਿੱਚ ਨਾਲ ਹੀ ਪਿੰਡ ਪੈਂਦਾ ਸੀ, ਹਰੀਚੰਦ ਦਾ ਕੋਟ। ਹਰੀਚੰਦ ਦਾ ਕੋਟ, ਹਰੀਚੰਦ ਕੋਈ ਵੱਡਾ ਹੀ ਬੰਦਾ ਹੋਣਾ ਜੀ। ਹਾਂਜੀ, ਠੀਕ ਹੈ ਜੀ। ਇਹ ਪਿੰਡ ਸਾਡੀ ਨਾਲ, ਠੀਕ ਹੈ ਜੀ। ਤੇ ਬਾਪੂ ਜੀ ਉਧਰ ਆਪਣਾ ਕੰਮ ਖੇਤੀਬਾੜੀ ਸੀ ਜਾਂ ਕੁਛ ਹੋਰ? ਮਤਲਬ ਖੇਤੀਬਾੜੀ ਸੀ। ਠੀਕ ਹੈ, ਹੁਣ ਤਾਂ ਖੇਤੀਬਾੜੀ ਜ਼ਿਆਦਾ ਹੁੰਦਾ ਕਿਸਾਨਾਂ ਦਾ, ਜੱਟਾਂ ਦਾ ਮੇਨ ਕੰਮ ਖੇਤੀਬਾੜੀ ਹੁੰਦਾ ਹੀ। ਹਾਂਜੀ, ਨਹਿਰਾਂ ਪੈਂਦੀਆਂ ਸਨ। ਠੀਕ ਹੈ ਜੀ, ਹੁਣ ਤਾਂ ਹਿੰਦੁਸਤਾਨ ਚ ਕਿਸਾਨੀ ਵਿਹਲ ਹੋਣ ਕਰਕੇ ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ। ਹਾਂਜੀ ਹਾਂਜੀ ਹਾਂਜੀ। ਤੇ ਜਿਹੜੇ ਬੱਕਰੇ ਦੀਆਂ ਧੌਣਾਂ ਲਾ ਕੇ ਉਹ ਮਾਰਦੇ ਸੀ, ਤੇ ਕਹਿੰਦੇ ਇੱਕ ਬੋਤਲ ਵਗਾਤੀ ਮਾਰੀ ਤਿਆਰ ਹੋ, ਉਹ ਵਿਚਾਰੇ ਹੁਣ ਵਿਦੇਸ਼ਾਂ ਜਾ ਕੇ ਭਾਂਡੇ ਮਾਂਜਣੇ ਪੈ ਰਹੇ ਆ। ਇਹੋ ਜਿਹਾ ਮਾੜਾ ਵਕਤ ਆਇਆ। ਹਾਂਜੀ ਹਾਂਜੀ। ਤੇ ਜੀ ਉਧਰ ਫਿਰ ਜਦੋਂ ਇਹ ਜਿਹੜਾ ਹਾਦਸਾ ਜਿਹਾ ਹੋਇਆ, ਇਹ ਵਾਕਿਆ ਜਿਹਾ ਹੋਇਆ ਵੀ ਇਹ ਹੁਣ ਆਪਣਾ ਦੇਸ਼ ਨੀ ਰਹਿ ਗਿਆ ਤੇ ਜ਼ਮੀਨ ਹੁਣ ਇਹ ਦੇਸ਼ ਆ ਚੁੱਕੀ ਤੇ ਆਪਣਾ ਦੇਸ਼ ਉਧਰ ਹੋ ਗਿਆ, ਇਹ ਤੁਹਾਨੂੰ ਕਦੋਂ ਪਤਾ ਲੱਗਾ ਉਦੋਂ ਉਧਰ ਕਿ ਹਾਂ ਬਈ ਆਹ ਚੱਕਰ ਹੋ ਗਿਆ? ਇਹ ਜੀ ਉਹ 15 ਅਗਸਤ ਨੂੰ ਨਾ ਉੱਥੇ ਸਾਰੇ ਢੰਡੋਰਾ ਪਿੱਟ ਦਿੱਤਾ ਉਹਨਾਂ, ਜੋ ਮੁਸਲਮਾਨ ਢੋਲ ਮਾਰ ਕੇ ਸਾਰੇ ਹਿੰਦੂਆਂ ਸਿੱਖਾਂ ਦੇ ਪਿੰਡਾਂ ਤੇ ਉਹਨਾਂ ਨੇ ਚੜ੍ਹਾਈ ਕਰ ਦਿੱਤੀ। ਅੱਛਾ, ਇੱਕ ਡਾਕਖਾਨਾ ਸਾਡੇ ਲਾਗੇ ਹੀ ਤਹਿਸੀਲ ਸੀ ਉਹ ਮਲਕਵਾਲ, ਉਹਦੇ ਤੇ ਦੁਪਹਿਰੇ ਉਹਨਾਂ ਹਮਲਾ ਕਰ ਦਿੱਤਾ। ਬਾਪੂ ਜੀ ਕੌਣ ਲੋਕ ਸਨ, ਕੀ ਚਾਹੁੰਦੇ ਹਨ ਵੀ ਚਲੋ ਵੀ ਬੱਚਿਆਂ ਨੂੰ ਮਾਰਨਾ, ਔਰਤਾਂ ਨੂੰ ਜਲੀਲ ਕਰਨਾ, ਕੀ ਮਤਲਬ ਕੀ ਮਕਸਦ ਕੀ ਸੀ ਉਹਨਾਂ ਦਾ? ਮਤਲਬ ਸੀਗਾ ਜੀ ਇਹ ਹਿੰਦੂ ਸਿੱਖਾਂ ਨੂੰ ਖਤਮ ਕਰਨ ਦਾ, ਵੀ ਅੱਗ ਨਾਲ ਇਹਨਾਂ ਨੂੰ ਸਾੜ ਦਿਓ, ਬੱਚੇ ਇਹਨਾਂ ਦੇ ਇਹਨਾਂ ਨੂੰ ਜਲੀਲ ਕਰੀਏ। ਉਥੋਂ ਦੀ ਆਵਾਜ਼ ਆਈ ਵੀ ਉੱਥੇ ਇੱਕ ਬੱਚਾ ਮਾਂ ਮਰੀ ਸੀ, ਉਹਦਾ ਦੁੱਧ ਪੀ ਰਿਹਾ ਸੀ, ਉਹਦੇ ਮਾਂ ਮਰੀ ਦੇ ਉੱਤੇ ਸਾਨੂੰ ਇੱਕ ਮੁਸਲਮਾਨ ਨੇ ਦੱਸਿਆ ਵੀ ਏਦਾਂ ਹੋ ਰਿਹਾ ਤੇ ਬਹੁਤ ਅਤਿਆਚਾਰ ਹੋਇਆ। ਤੇ ਜਦੋਂ ਮਤਲਬ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਸੀਂ ਪਹਿਲਾ ਸਟੈਪ, ਪਹਿਲਾ ਕਦਮ ਕੀ ਸੀਗਾ ਵੀ ਹੁਣ ਕੀ ਕੀਤਾ ਜਾਵੇ? ਅਸੀਂ ਆਖਿਆ ਵੀ ਅਸੀਂ ਕਿਤੇ ਉਹਨਾਂ ਕਿਸੇ ਉਹ ਅਹਿਲਕਾਰ ਮੁਸਲਮਾਨ ਨੂੰ ਦੱਸੀਏ ਤਾਂ ਕਿ ਸਾਡਾ ਵੀ ਵਿਚਾਰ ਹੋਵੇ ਜੀ ਜੀ। ਉੱਥੇ ਇੱਕ ਡੇਰਾ ਸੀ ਮੱਲੀ ਵਿਸਾਲ ਦਾ ਜੀ ਜੀ, ਉਹ ਬੜਾ ਮਸ਼ਹੂਰ ਬੰਦਾ ਸੀ। ਹਾਂਜੀ, ਮੱਲੀ ਮੱਲੀ ਮੱਲੀ। ਅੱਛਾ, ਮੱਲੀ, ਠੀਕ ਹੈ ਜੀ। ਉਹ ਬਹੁਤ ਤਗੜਾ ਬੰਦਾ ਸੀ, ਥਾਣਿਆਂ ਦੇ ਵਿੱਚ ਮੰਨਿਆ ਤੰਨਿਆ ਸੀ, ਉਹਦਾ ਕਹਿਣਾ ਬੜਾ ਮੰਨਦੇ ਸਨ ਲੋਕ। ਉਹਨੇ ਆਖਿਆ ਤੁਸੀਂ ਸਾਡੇ ਡੇਰੇ ਤੇ ਆ ਜਾਓ। ਠੀਕ ਹੈ ਜੀ। ਜਦੋਂ ਉਹਨਾਂ ਦੇ ਡੇਰੇ ਵਾਲ ਨੂੰ ਅਸੀਂ ਗਏ ਖੁਰਲੀਆਂ ਦੇ ਵਿੱਚ ਸਮਾਨ ਸਮੂਨ ਸੁੱਟ ਕੇ, ਹਾਂਜੀ, ਤੇ ਰਾਹ ਦੇ ਵਿੱਚ ਸਾਨੂੰ ਲੋਕ ਲੁੱਟਣ ਪੈ ਗਏ। ਅੱਛਾ ਜੀ। ਖੈਰ ਉਹ ਸਮਾਨ ਸਮੂਨ ਤੇ ਸਾਡਾ ਲੈ ਗਏ ਜੀ, ਪਰ ਜਾਨੀ ਬਚਾਉਣ
ਸਾਡਾ ਨੁਕਸਾਨ ਨਹੀਂ ਕੀਤਾ ਉੱਥੇ ਅਸੀਂ ਪਹੁੰਚ ਗਏ ਫਿਰ ਉਹਨਾਂ ਦੇ ਅਸੀਂ 10-15 ਦਿਨ ਰਹੇ ਉਹਦੇ ਡੇਰੇ ਤੇ ਉਹਨਾਂ ਸਾਡੀ ਰਾਖੀ ਬੜੀ ਕੀਤੀ ਮੁਸਲਮਾਨ ਸੀ ਮੁਸਲਮਾਨ ਸੀ ਉਹਨਾਂ ਨੂੰ ਸਾਡੇ ਬੀਬੀਆਂ ਕੋਲ ਕੋਈ ਸੋਨਾ ਸਾਨਾ ਵੀ ਸੀ ਉਹ ਵੀ ਦੇ ਦਿੱਤਾ ਪਰ ਉਹ ਇਮਾਨਦਾਰ ਬੰਦਾ ਸੀ ਜਦੋਂ ਅਸੀਂ ਆਉਣ ਲੱਗੇ ਉਹਨਾਂ ਸਾਨੂੰ ਵਾਪਸ ਦੇ ਦਿੱਤਾ ਇਹੋ ਜਿਹਾ ਲੋਕ ਵੀ ਦੱਸੋ ਹੈਗੇ ਉਥੋਂ ਫਿਰ ਮਤਲਬ ਤੁਸੀਂ 15 ਦਿਨ ਉੱਥੇ ਰਹੇ ਹਾਂਜੀ ਇੱਥੋਂ ਫਿਰ ਜਦੋਂ ਤੁਸੀਂ ਚੱਲੇ ਉਹਦੇ ਡੇਰੇ ਤੋਂ ਤੇ ਉੱਥੋਂ ਫਿਰ ਆਉਣ ਦਾ ਜਦੋਂ ਰਸਤੇ ਵਿੱਚ ਇਹ ਕੀ ਕਿਵੇਂ ਕਿਵੇਂ ਆਏ ਪੈਦਲ ਆਏ ਜਾਂ ਫਿਰ ਮਤਲਬ ਆਉਣ ਦਾ ਰਸਤਾ ਜੀ ਉਦੋਂ ਫਿਰ ਆਪਣੀ ਆਰਮੀ ਚਲੀ ਗਈ ਸੀ ਉੱਥੇ ਹਿੰਦੁਸਤਾਨ ਤੇ ਠੀਕ ਹੈ ਜੀ ਉਹ ਆਰਮੀ ਜਿਹੜੀ ਸੀ ਨਾ ਉੱਥੇ ਰਹਿੰਦੀ ਸੀ ਮੰਡੀ ਪਰੋਵਾਲ ਮੰਡੀ ਪਰੋਵਾਲ ਹਾਂਜੀ ਮੰਡੀ ਪਰੋਵਾਲ ਹਾਂਜੀ ਉੱਥੇ ਮੰਡੀ ਸੀ ਉਹ ਠੀਕ ਹੈ ਜੀ ਉੱਥੇ ਸਾਡੀ ਆਰਮੀ ਗਈ ਉਹ ਫਿਰ ਗੱਡੀਆਂ ਲੈ ਕੇ ਸਾਨੂੰ ਪੈਂਦੇ ਸੀ ਤੇ ਉਹ ਪਿੰਡਾਂ ਦੇ ਵਿੱਚ ਸਾਨੂੰ ਚੁੱਕ ਲਿਆਉਂਦੇ ਉੱਥੇ ਫਿਰ ਅਸੀਂ ਗੁਜ਼ਾਰਾ ਕੀਤਾ ਫਿਰ ਉੱਥੋਂ ਰੇਲ ਗੱਡੀ ਰਾਹੀਂ ਸਾਨੂੰ ਵਾਪਸ ਇੱਥੇ ਹਿੰਦੁਸਤਾਨ ਲੈ ਆਏ ਬਾਪੂ ਜੀ ਜਿਹੜੀ ਆਰਮੀ ਗਈ ਆ ਆਰਮੀ ਕਿੰਨੀ ਜਾ ਸਕਦੀ ਲੋਕ ਤੇ ਬਹੁਤ ਹੀ ਫਿਰ ਬਹੁਤ ਲੋਕ ਮਰੇ ਹੋਣਗੇ ਹਿਸਾਬ ਨਾਲ ਆਰਮੀ ਦੇ ਚੰਦ ਲੋਕਾਂ ਨੂੰ ਕਵਰ ਕਰ ਸਕਦੀ ਹੈ ਨਹੀਂ ਜੀ ਆਰਮੀ ਬਹੁਤ ਭੇਜੀ ਉਹਨਾਂ ਹਾਂਜੀ ਉਹ ਆਰਮੀ ਬਕਾਇਦਾ ਉਹ ਰੇਲ ਗੱਡੀਆਂ ਦੇ ਉੱਤੇ ਉਹਨਾਂ ਨੂੰ ਲਾ ਕੇ ਨਾ ਕਮਰੇ ਹਾਂਜੀ ਮਿਲਟਰੀ ਦੇ ਹਾਂਜੀ ਬੜੀ ਹਿਫਾਜ਼ਤ ਨਾਲ ਲਿਆਏ ਇੱਕ ਰੇਲ ਚੱਲੀ ਸਾਡੇ ਤੋਂ ਪਹਿਲਾਂ ਉਹਨਾਂ ਨੇ ਅੱਗੇ ਕਿੱਕਰ ਸੁੱਟ ਕੇ ਉਸ ਰੇਲ ਦਾ ਮੁਸਲਮਾਨਾਂ ਨੇ ਬਹੁਤ ਨੁਕਸਾਨ ਕੀਤਾ ਰੇਲ ਰੱਖ ਦਿੱਤੀ ਤੇ ਉਹ ਜਿਹੜੇ ਉੱਤੇ ਬੈਠੇ ਸਨ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਅੱਛਾ ਮਤਲਬ ਇਹ ਜਿਹੜੇ ਇਹ ਭੀੜ ਜਿਹੜੀ ਗੁੰਡਿਆਂ ਦੀ ਭੀੜ ਸੀ ਇਹ ਬੰਦੂਕਾਂ ਵੀ ਇਹਨਾਂ ਕੋਲ ਹੈਗੀਆਂ ਸੀ ਜੀ ਉਹਨਾਂ ਕੋਲ ਬਹੁਤ ਕੁਝ ਸੀਗਾ ਜੀ ਬੰਦੂਕਾਂ ਵੀ ਸਨ ਦੂਜੀਆਂ ਰਾਈਫਲਾਂ ਵੀ ਸਨ ਪ੍ਰਾਈਵੇਟ ਜੀ ਜੀ ਤੇ ਉਹ ਫਿਰ ਕੀ ਕੰਮ ਕੀਤਾ ਉਹ ਗੱਡੀ ਨਾ ਉਹ ਜਿਹੜਾ ਅਫਸਰ ਸੀ ਨਾ ਗੱਡੀ ਵਾਲਾ ਉਹਨੇ ਪਿੱਛੇ ਵਾਪਸ ਲਿਆਂਦੀ ਅੱਛਾ ਉਹ ਜਿਹੜੇ ਛੱਤ ਤੇ ਬੰਦੇ ਸਨ ਨਾ ਉਹ ਲਾਹ ਕੇ ਹਾਂਜੀ ਤੇ ਫਿਰ ਉਹਨਾਂ ਨੇ ਉਹ ਗੱਡੀ ਠੀਕ ਕਰਕੇ ਫਿਰ ਉਹਨਾਂ ਨੇ ਇੱਕ ਬਿੱਲੂ ਬਣਾਇਆ ਬਿੱਲੂ ਮਤਲਬ ਬਾਪੂ ਜੀ ਬਿੱਲੂ ਇੱਕ ਕਮਰਾ ਰੇਲ ਦਾ ਉਹਦੇ ਆਲੇ ਦੁਆਲੇ ਸੈਂਡ ਬੈਗ ਬੋਰੇ ਲਾ ਕੇ ਹਾਂਜੀ ਤੇ ਉਹਦੇ ਵਿੱਚ ਰਾਈਫਲਾਂ ਦੇ ਕੇ ਮਿਲਟਰੀ ਬਿਠਾ ਲਈ ਅੱਛਾ ਇਹ ਮਤਲਬ ਕੋਈ ਮਿਲਟਰੀ ਦਾ ਹੋਣਾ ਕੋਈ ਕਾਨੂੰਨ ਮਿਲਟਰੀ ਦਾ ਕਾਨੂੰਨ ਹਾਂਜੀ ਉਹ ਨਾ ਫਿਰ ਉਹ ਜਿਹੜਾ ਬਿੱਲੂ ਸੀ ਨਾ ਅਗਲੇ ਸਟੇਸ਼ਨ ਪਹੁੰਚਦਾ ਸੀ ਤੇ ਪਿੱਛੋਂ ਫਿਰ ਉਹ ਗੱਡੀ ਤੋਰਦੇ ਸਨ ਠੀਕ ਹੈ ਜੀ ਹਾਂਜੀ ਬੜਾ ਪ੍ਰਬੰਧ ਕਰਕੇ ਇਹ ਬਾਪੂ ਜੀ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੂੰਗਾ ਜਿਹੜੀ ਲਾਹੌਰੋਂ ਟ੍ਰੇਨ ਜਿਹੜੀ ਇਹਨਾਂ ਇੱਥੋਂ ਸਿੱਖਾਂ ਦੀ ਕੱਟ ਵੱਢ ਕੇ ਘੱਲੀ ਗਈ ਉਹਦਾ ਕੀ ਕਾਰਨ ਸੀ ਅਸੀਂ ਉਹ ਕਾਰਨ ਇਹਨਾਂ ਦਾ ਇਹੋ ਹੀ ਸੀ ਵੀ ਇੱਧਰ ਇਹਨਾਂ ਨਾ ਇੱਥੇ ਪਟਿਆਲਾ ਹਾਂਜੀ ਇਹ ਨਾ ਇੱਧਰ ਦੇ ਮੁਸਲਮਾਨ ਹਾਂਜੀ ਇਹਨਾਂ ਜਿਹੜਾ ਮਹਾਰਾਜਾ ਪਟਿਆਲਾ ਸੀ ਨਾ ਹਾਂਜੀ ਇਹਨਾਂ ਨੇ ਵਿੱਚੋਂ ਸੁਰੰਗ ਕੱਢ ਕੇ ਨਾ ਉਹਦੇ ਉਹਨੂੰ ਮਾਰਨਾ ਚਾਹੁੰਦੇ ਸੀ ਇਹ ਪਟਿਆਲੇ ਵਾਲੇ ਨੂੰ ਪਟਿਆਲੇ ਵਾਲੇ ਨੂੰ ਠੀਕ ਹੈ ਜੀ ਇਹ ਉਹਨਾਂ ਨੂੰ ਲੱਗ ਗਿਆ ਪਤਾ ਮਹਾਰਾਜਾ ਪਟਿਆਲਾ ਵਾਲੇ ਨੇ ਜੀ ਜੀ ਉਹਨੇ ਫਿਰ ਆਰਡਰ ਦੇ ਦਿੱਤਾ ਵੀ ਜੋ ਮੁਸਲਮਾਨ ਨੇ ਸਭ ਤਬਾਹ ਕਰ ਦਿਓ ਠੀਕ ਹੈ ਫਿਰ ਉਹਨਾਂ ਨੇ ਆਰਡਰ ਦਿੱਤਾ ਅਸੀਂ ਜਦੋਂ ਉਧਰੋਂ ਆਏ ਆ ਨਾ ਇੱਥੇ ਅਸੀਂ ਵੇਖਿਆ ਉਹ ਸਰਹੰਦ ਇਲਾਕੇ ਦੇ ਵਿੱਚ ਸਭ ਲਾਸ਼ਾਂ ਹੀ ਲਾਸ਼ਾਂ ਉਹਨਾਂ ਦੇ ਕੱਪੜ ਮਸਤਰ ਪਏ ਬੁਰਾ ਤੇ ਜਿਹੜੇ ਮਲੇਰਕੋਟਲੇ ਵਿੱਚ ਜਾਂਦੇ ਸੀ ਨਾ ਉਹਨਾਂ ਨੂੰ ਕੁਛ ਨਹੀਂ ਸੀ ਕਹਿੰਦੇ ਕਿਉਂ ਮਲੇਰਕੋਟਲੇ ਜਿਹੜਾ ਉੱਥੋਂ ਦਾ ਉਹਨੇ ਆਹਦਾ ਨਾਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਦਾ ਸ਼ੇਰ ਖਾਨ ਸ਼ੇਰ ਖਾਨ ਨੇ ਵੀ ਇਹਨਾਂ ਨੂੰ ਨਾ ਮਾਰੋ ਨਾ ਮਾਰੋ ਇਸ ਕਰਕੇ ਫਿਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਕ ਸੀ ਇਹਨਾਂ ਨੂੰ ਨਹੀਂ ਮਾਰਨਾ ਇਹਨਾਂ ਨੇ ਸਾਡੇ ਤੇ ਰਹਿਮ ਕੀਤਾ ਜੀ ਇਸ ਕਰਕੇ ਫਿਰ ਬਚਾ ਹੋਇਆ ਥੋੜਾ ਮਲੇਰਕੋਟ ਵਾਲੇ ਮੁਸਲਮਾਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਕੁਛ ਨਹੀਂ ਕਿਹਾ ਤੇ ਇਧਰੋਂ ਇੱਕ ਟ੍ਰੇਨ ਵੱਢ ਕੇ ਘੱਲੀ ਮੈਂ ਇਧਰੋਂ ਵੀ ਟ੍ਰੇਨ ਵੱਢ ਕੇ ਘੱਲੀ ਸੀ ਕਿਹੋ ਜਿਹਾ ਕੋਈ ਚੱਕਰ ਹੋਇਆ ਸੀ ਨਾ ਉਦੋਂ ਟ੍ਰੇਨ ਇੱਕ ਫੇਰਾ ਸੀ ਇੱਕ ਫੇਰਾ ਸ਼ਹਿਰ ਹਾਂਜੀ ਉੱਥੋਂ ਪਹਿਲਾਂ ਜਦੋਂ ਟ੍ਰੇਨ ਉਹਨਾਂ ਚਾਲੂ ਕੀਤੀ ਹੈ ਨਾ ਉਹਨਾਂ ਮੁਸਲਮਾਨਾਂ ਨੇ ਕੀ ਕੰਮ ਕੀਤਾ ਉਹਨਾਂ ਕਿੱਕਰ ਵੱਢ ਕੇ ਰੇਲ ਡੱਕ ਕੇ ਸਾਰੇ ਤਮਾਮ ਉਹਨਾਂ ਨੇ ਵੱਢ ਦਿੱਤੇ ਜੀ ਜੀ ਬੜੇ ਹੀ ਵਡਾਂਗਾ ਫੇਰਿਆ ਇਹਨਾਂ ਜੀ ਜੀ ਹਾਂਜੀ ਜੀ ਉਸ ਤੋਂ ਬਾਅਦ ਇਹ ਜਿਹੜੀ ਸਾਡੀ ਗੱਡੀ ਆਈ ਸੀ ਨਾ ਹਾਂਜੀ ਇਹਨਾਂ ਸ਼ਾਹਦਰੇ ਡੱਕ ਛੜੀ ਜੀ ਜੀ ਸ਼ਾਹਦਰਾ ਲਾਹੌਰ ਤੋਂ ਪਰਲਾ ਦੂਜਾ ਸਟੇਸ਼ਨ ਹੈ ਜੀ ਜੀ ਤੇ ਉੱਥੇ ਮੇਜਰ ਸਾਹਿਬ ਸੀ ਐਂਗਲੋ ਇੰਡੀਅਨ ਕਮਾਂਡਰ ਸਾਡਾ ਠੀਕ ਹੈ ਜੀ ਉਹ ਆਂਦਾ ਵੀ ਆਂਦੇ ਵੀ ਸਮਾਨ ਤੁਹਾਡੇ ਕੋਲ ਜ਼ਿਆਦਾ ਹੈ ਜੀ ਜੀ ਆਂਦੇ ਕੋਈ ਸਮਾਨ ਜ਼ਿਆਦਾ ਨਹੀਂ ਸਾਡੇ ਕੋਲ ਸਮਾਨ ਪੂਰਾ ਹੈ ਜੀ ਜੀ ਇਹਨੇ ਫੋਨ ਕੀਤਾ ਉਸ ਤੋਂ ਬਾਰਡਰ ਤੋਂ ਆਰਮੀ ਸਾਡੀ ਹੋਰ ਚਲੀ ਗਈ ਜੀ ਜੀ ਉਹ ਆਂਦੇ ਹੁਣ ਆਓ ਤੁਸੀਂ ਕੀ ਗੱਲ ਕਰਨੀ ਹੈ ਉਹਨੇ ਜਿਹੜੇ ਡਰਾਈਵਰ ਸੀ ਨਾ ਹਾਂਜੀ ਉਹਨਾਂ ਦੇ ਦੁਆਲੇ ਦੋ ਸੰਤਰੀ ਮਾਰ ਦਿੱਤੇ ਰਾਈਫਲਾਂ ਦੇ ਕੇ ਜੀ ਜੀ ਭਾਈ ਇੱਥੋਂ ਗੱਡੀ ਚੱਲੀ ਜੇ ਤੂੰ ਰਸਤੇ ਵਿੱਚ ਗੱਡੀ ਖੜੀ ਕੀਤੀ ਤੇ ਤੁਹਾਨੂੰ ਗੋਲੀ ਨਾਲ ਉਡਾਇਆ ਜਾਏਗਾ ਜੀ ਜੀ ਠੀਕ ਹੈ ਇਹ ਮੈਨੂੰ ਸਾਰੀਆਂ ਗੱਲਾਂ ਯਾਦ ਨੇ ਇਹ ਬਾਪੂ ਜੀ ਇੱਕ ਗੱਲ ਮੈਨੂੰ ਦੱਸਿਓ ਹਾਂਜੀ ਕਿ ਤੇ ਬਾਪੂ ਜੀ ਇਹ ਜੋ ਮੁਸਲਮਾਨਾਂ ਨੇ ਉਧਰੋਂ ਟ੍ਰੇਨ ਪੂਰੀ ਭਰ ਕੇ ਘੱਲੀ ਇੱਧਰ ਹਾਂਜੀ
ਇਧਰੋਂ ਫਿਰ ਕੋਈ ਰਿਐਕਸ਼ਨ ਹੋਇਆ ਕਿ ਇਧਰੋਂ ਵੀ ਮਤਲਬ ਇਧਰੋਂ ਇਹਨਾਂ ਨੇ ਫਿਰ ਦੋ ਟ੍ਰੇਨਾਂ ਵੱਢ ਕੇ ਕਰੀਆਂ। ਅੱਛਾ, ਦੋ ਟ੍ਰੇਨਾਂ ਮਤਲਬ ਮੁਸਲਮਾਨਾਂ ਨੇ ਵੱਢ ਕੇ ਕਰੀਆਂ, ਠੀਕ ਹੈ। ਤੇ ਦੂਜੇ ਉਹ ਜਿਹੜੀ ਸਾਡੀ ਟ੍ਰੇਨ ਰੋਕੀ ਸੀ ਨਾ ਇਹਨਾਂ, ਹਾਂਜੀ, ਇਹਨਾਂ ਨੇ ਆਖਿਆ ਵੀ ਇਹਨਾਂ ਦੋ ਟ੍ਰੇਨਾਂ ਉੱਥੇ ਅਟਾਰੀ ਸਟੇਸ਼ਨ ਤੇ ਰੋਕੀਆਂ ਹੀ ਆ। ਅੱਛਾ, ਕਹਿੰਦੇ ਵੀ ਜਦੋਂ ਸਾਡੀ ਇਹ ਟ੍ਰੇਨ ਸਾਡੇ ਸਟੇਸ਼ਨ ਤੇ ਆਏਗੀ ਉਦੋਂ ਜਾਣ ਦਿਆਂਗੇ। ਅੱਛਾ, ਮਤਲਬ ਨਹੀਂ ਜੇ ਤੁਸੀਂ ਗੜਬੜ ਕੀਤੀ ਤਾਂ ਮਤਲਬ ਇਹਨਾਂ ਇਹ ਰੋਕੀਆਂ ਕਿੰਨਾ ਸੀ ਸਿੱਖਾਂ ਮੁਸਲਮਾਨਾਂ ਆਪਣੇ ਸਿੱਖਾਂ ਨੇ। ਅੱਛਾ, ਵੀ ਜੇ ਤੁਹਾਡੀਆਂ ਇਹ ਗੱਲ ਸਹੀ ਆ, ਵੈਸੇ ਭਾਈ ਜਿਹੜਾ ਵੱਢਣਾ ਕੱਟਣਾ ਸੀ ਉਹ ਗਲਤ ਸੀਗਾ, ਚਲੋ ਜੇ ਉਹ ਕਰਦੇ ਗੱਲ ਬਿਲਕੁਲ ਸਹੀ ਵੀ ਉਹਨਾਂ ਨੂੰ ਵੀ ਅਕਲ ਆ ਗਈ ਨਾ। ਹਾਂਜੀ, ਹੈ ਐਕਚੁਅਲੀ ਕੀ ਬਾਪੂ ਜੀ, ਜਦ ਤੱਕ ਮੈਂ ਹਿਸਾਬ ਕਿਤਾਬ ਜਿਹਾ ਲਾਇਆ ਨਾ ਵੀ ਇਹ ਕੰਮ ਜਿਹੜੇ ਸੀ ਇੱਧਰ ਵੀ ਉੱਧਰ ਵੀ ਜ਼ਿਆਦਾ ਮਤਲਬ ਉਹ ਦੁਸ਼ਮਣੀ ਲੁੱਟ ਮਾਰ ਉਹ ਸਭ ਸੀਗੇ, ਉਸ ਤੋਂ ਬਾਅਦ ਫਿਰ ਜਦੋਂ ਇਹ ਕੰਮ ਹੋਇਆ ਫਿਰ ਸਾਰੀ ਵਿੱਚ ਰਲ ਗਏ ਵੀ ਹੁਣ ਸਭ ਨੂੰ ਧੀਆਂ ਭੈਣਾਂ ਦੀਆਂ ਇੱਜ਼ਤਾਂ ਪਿਆਰੀਆਂ, ਸਭ ਨੂੰ ਗੁੱਸਾ ਆਉਂਦਾ। ਤੇ ਫਿਰ ਮਤਲਬ ਜਿਹੜੀਆਂ ਉਹ ਦੋ ਟ੍ਰੇਨਾਂ ਉੱਥੇ ਸੀਗੀਆਂ ਸਿੱਖਾਂ ਨੇ ਰੋਕੀਆਂ, ਫਿਰ ਉਧਰੋਂ ਟ੍ਰੇਨ ਆਈ, ਉਹ ਸਾਡੀ ਟ੍ਰੇਨ ਆਈ ਜਕਾਰੇ ਲਾਂਦੀ ਆਈ, ਜਦੋਂ ਸਾਡੇ ਉਧਰ ਲੋਕ ਹਾਲ ਬੰਨਦੇ ਸਨ ਪਏ ਆਪਣੇ ਇਲਾਕੇ ਦੇ, ਇਹਨਾਂ ਨੇ ਵੇਖ ਲਿਆ ਵੀ ਹੁਣ ਅਸੀਂ ਆਪਣੇ ਮੁਲਕ ਦੇ ਵਿੱਚ ਆ ਗਏ ਹਾਂ, ਫਿਰ ਇਹਨਾਂ ਨੇ ਜਕਾਰੇ ਛੱਡੇ, ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਟ੍ਰੇਨ ਆ ਗਈ ਏ, ਹਾਂਜੀ, ਫਿਰ ਸਾਨੂੰ ਉੱਥੇ ਉਹਨਾਂ ਅਟਾਰੀ ਸਟੇਸ਼ਨ ਦੇ ਟੀਕੇ ਵਗੈਰਾ ਲਾਏ, ਬਹੁਤ ਕੁਛ ਕੀਤਾ, ਮਤਲਬ ਜੋ ਵੀ ਬਹੁਤ ਦਿਨ ਤੋਂ ਭੁੱਖੇ ਕਮਜ਼ੋਰੀਆਂ ਕਈ ਕੁਛ, ਹਾਂਜੀ, ਲੰਗਰ ਪਾਣੀ ਵੀ ਦਿੱਤਾ ਇਹਨਾਂ ਨੂੰ, ਹਾਂਜੀ, ਤੇ ਫਿਰ ਉਹਨਾਂ ਦੇ ਮੁਸਲਮਾਨਾਂ ਦੀਆਂ ਟ੍ਰੇਨਾਂ ਜਿਹੜੀਆਂ ਦੋ ਉਹ ਫਿਰ ਠੀਕ ਹਲੀਆਂ। ਤੇ ਬਾਪੂ ਜੀ ਇਹ ਇਹਦੇ ਵਿੱਚ ਜੋ ਨੁਕਸਾਨ ਲੋਕਾਂ ਦਾ ਹੋਇਆ, ਹਾਂਜੀ, ਤੇ ਬਹੁਤ ਜਾਨੀ ਮਾਲੀ ਨੁਕਸਾਨ ਤੇ ਹੋਰ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਬੱਚੇ ਮਾਰੇ ਗਏ, ਇਹ ਸਭ ਬਹੁਤ ਜ਼ਿਆਦਾ ਹੋਇਆ ਨਾ, ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਲੋਕਾਂ ਤੋਂ ਕੋਈ ਸ਼ੈ ਨਹੀਂ ਛੱਡੀ ਉਹਨਾਂ ਨੇ, ਉਦੋਂ ਲੁੱਟ ਮਾਰ ਕੇ ਉਹਨਾਂ ਨੇ ਪਹਿਲਾਂ ਘਰਾਂ ਦੇ ਵਿੱਚ ਹੀ ਕਰ ਲਈ ਸੀ, ਠੀਕ ਹੈ, ਤੇ ਲੋਕ ਤੇ ਫਿਰ ਕੁੱਟੇ ਮਾਰੇ ਉਹ ਪਈ ਆਰਮੀ, ਹਾਂਜੀ, ਤੇ ਉਹਨਾਂ ਨੇ ਲੈ ਗਏ ਕਈਆਂ ਨੇ ਘਰਾਂ ਦੇ ਵਿੱਚ ਦਾਣੇ ਵੀ ਨਹੀਂ ਛੱਡੇ, ਉਹ ਵੀ ਲੈ ਗਏ ਲੁੱਟ ਕੇ, ਮਾਲ ਡੰਗਰ ਉਹਨਾਂ ਦੇ ਹੁੰਦਿਆਂ ਖੋਲ ਕੇ ਲੈ ਗਏ, ਬਹੁਤ ਕੁਛ ਹੋਇਆ, ਸਿੱਖਾਂ ਦੀ ਆਬਾਦੀ ਦੀ ਗੱਲ ਸੁਣ ਲੋ ਜੀ, ਇੱਕ ਹਰਬੰਸਪੁਰਾ ਪਿੰਡ ਸੀ ਉਧਰ, ਅੱਛਾ, ਬਹੁਤ ਸਿੱਖਾਂ ਦਾ ਪਿੰਡ ਸੀ, ਹਾਂਜੀ, ਉਹ ਸਾਰੇ ਫੌਜੀ ਬੰਦੇ ਸਨ, ਹਾਂਜੀ, ਇਹਨਾਂ ਨੇ ਨਾ ਉਹਨਾਂ ਤੇ ਕਿਹਾ ਸੀ ਹਮਲਾ ਕਰਨਾ, ਹਾਂਜੀ, ਉਹਨਾਂ ਨੇ ਏਡਾ ਬੰਦੋਬਸਤ ਕੀਤਾ ਪਿੰਡ ਦੇ ਚਾਰ ਸਵੇਰੇ ਮੋਰਚਾਬੰਦੀ ਕਰਕੇ ਅਸਲਾ ਬਣਾ ਕੇ ਅਸਲਾ ਉੱਥੇ ਬਹੁਤ ਧਰਿਆ, ਹਾਂਜੀ, ਇਹ ਮੁਸਲਮਾਨ ਉਸ ਇਲਾਕੇ ਦੇ ਗਏ ਢੋਲ ਮਾਰ ਕੇ, ਹਾਂਜੀ, ਅੱਛਾ, ਆ ਗਏ ਅਸੀਂ ਮਾਰ ਦੇਣਾ ਤੁਹਾਨੂੰ, ਉਹਨੇ ਉਹਨਾਂ ਦੇ ਜਿਹੜੇ ਮੌਤਬੇਰ ਸਨ ਸਰਦਾਰ, ਹਾਂਜੀ, ਉਹਨਾਂ ਦੇ ਮੌਤਬੇਰਾਂ ਨੂੰ ਉਹਨਾਂ ਆਵਾਜ਼ ਮਾਰੀ ਵੀ ਆ ਕੇ ਵੇਖ ਲਓ, ਫੇਰ ਨਾ ਆਖਿਓ ਤੁਹਾਡਾ ਇੱਕ ਬੱਚਾ ਨੀ ਅਸੀਂ ਵਾਪਸ ਜਾਣ ਦੇਣਾ, ਅਸੀਂ ਤੁਹਾਡੀ ਤਬਾਹੀ ਕਰ ਦੇਣੀ ਏ, ਜਦੋਂ ਉਹਨਾਂ ਵੇਖਿਆ ਆਣ ਕੇ ਤੇ ਅੰਦਰ ਅਸਲੇ ਦੇ ਢੇਰ ਲੱਗੇ ਤੇ ਮੋਰਚਾਬੰਦੀ ਹੋਏ ਤੇ ਹਥਿਆਰ ਲੱਗੇ, ਮਸ਼ੀਨ ਗੰਨਾਂ ਲੱਗੀਆਂ, ਲਾਈਟ ਮਸ਼ੀਨ ਗੰਨਾਂ ਲੱਗੀਆਂ, ਬਹੁਤ ਤਸਲਾ ਲਗਾਇਆ, ਉਹਨਾਂ ਨੂੰ ਸਾਬਤ ਹੋ ਗਿਆ ਵੀ ਇਹਨਾਂ ਵਾਕਿਆ ਨੀ ਬਣਾ, ਇੱਥੇ ਅਸੀਂ ਇੱਥੇ ਨੀ ਕੰਮ ਚੱਲਣਾ, ਮਹਾਤੜਾਂ ਦੇ ਜਿਹੜੇ ਵਿਚਾਰੇ ਜਾ ਰਹੇ ਆ ਕੋਈ ਸਮਾਨ ਚੱਕ ਕੇ ਉਹਨਾਂ ਨੂੰ ਜਾ, ਉਹਨਾਂ ਨੇ ਫਿਰ ਪੱਲਾ ਪਿਛਾ ਨੂੰ ਮੋੜਿਆ ਵੀ ਮੁਲਖਾ ਮੁੜ ਜਾਓ ਪਿਛਾ ਨੂੰ, ਫਿਰ ਉਹ ਪਿਛਾ ਮੁੜ ਗਏ, ਏਦਾਂ ਹੋਈ ਉੱਥੇ, ਤੇ ਬਾਕੀ ਮਤਲਬ ਆਬਾਦੀ ਘੱਟ ਸੀ ਉਧਰ, ਹੈ ਨਾ, ਮਤਲਬ ਘੱਟ ਸੀ, ਕਿਉਂਕਿ ਨਹੀਂ ਤਾਂ ਸਿੱਖ ਇੱਕ ਵਧੀਆ ਕੌਮ ਆ, ਕਿਤੇ ਵੀ ਮੁਕਾਬਲਾ ਕਰਦੇ ਆ, ਇੱਕ ਨਿਹੰਗ ਨੇ ਮੁਕਾਬਲਾ ਕੀਤਾ ਉੱਥੇ ਬਹੁਤ ਬੰਦਿਆਂ ਦਾ, ਕੱਲੇ ਨਿਹੰਗ ਸਿੰਘ ਨੇ, ਅੱਛਾ, ਉਹਦੇ ਲਾਗੇ ਨਹੀਂ ਆਏ, ਪਰ ਫੇਰ ਵੀ ਉਹ ਬੰਦੇ ਬਹੁਤ ਕੱਟੇ, ਚਲੋ ਮੁਕਾਬਲਾ ਕਰਨਾ ਵੀ ਬਹੁਤ, ਗੁਰੂ ਮਹਾਰਾਜ ਨੇ ਦੱਸਿਆ ਬਸ ਕਿਤੇ ਕੀ ਆ ਕਿ ਸਾਡੀ ਜਿਹੜੀ ਬਰਾਦਰੀ ਆ ਸਾਡੀ ਕੌਮ ਆ ਮੁਕਾਬਲਾ ਨੀ ਕਰਦੀ, ਪਹਿਲਾਂ ਹੀ ਹੱਥ ਖੜੇ ਕਰ ਦਿੰਦੀ ਆ, ਕੱਲੇ ਨੇ ਬੜਾ ਮੁਕਾਬਲਾ ਕੀਤਾ, ਹਾਂਜੀ ਠੀਕ ਹੈ, ਹਾਂਜੀ, ਹੋਰ ਜੀ, ਤੇ ਬਾਪੂ ਜੀ ਉਧਰ ਜਿਹੜਾ ਪਿੰਡ ਆ, ਹਾਂਜੀ, ਆਪਣਾ ਤੁਹਾਡਾ, ਤੇ ਉੱਥੇ ਕੋਈ ਯਾਰ ਬੇਲੀ ਦੀ ਯਾਦ ਹੈਗੀ ਤੁਹਾਨੂੰ ਵੀ, ਫਲਾਣਾ ਯਾਰ ਹੁੰਦਾ ਸੀ ਜਾਂ ਕੋਈ ਸਕੂਲ ਹੁੰਦਾ ਸੀ ਜਾਂ ਕੁਛ ਖਾਸ ਮੇਲਾ ਲੱਗਦਾ ਸੀ? ਨਹੀਂ, ਉਹ ਛੋਟਾ ਜਿਹਾ ਹੀ ਸੀਗਾ ਜੀ, ਐਵੇਂ ਵਲਕਣ ਜਿਹਾ ਵਾਲਿਆ ਸੀ, ਇੱਕ ਡੇਰੇ ਦੀ ਤੌਰ ਤੇ ਸੀ, ਉਹਦਾ ਨਾਂ ਹਰਬੰਸਪੁਰਾ ਸੀ, ਹਾਂਜੀ, ਪਰ ਉੱਥੋਂ ਦਾ ਕੋਈ ਇਹੋ ਨੀ ਸੀ, ਇੱਕ ਘੁਮਿਆਰ ਹੁੰਦਾ ਸੀ, ਹਾਂਜੀ, ਉਹਦੇ ਕੋਤੀਆਂ ਰੱਖੀਆਂ, ਧਾਬਾ ਧਾਬਾ ਉਹਦਾ ਨਾਂ, ਅੱਛਾ ਜੀ, ਤੇ ਉਹ ਥੋੜਾ ਜਿਹਾ ਸਾਡੇ ਕੋਲ ਬਹਿੰਦਾ ਖਲੋਂਦਾ ਸੀ। ਕੋਈ ਮੁਸਲਮਾਨ ਯਾਰ ਨੀ ਹੈਗਾ ਸੀ? ਮੁਸਲਮਾਨ ਵੀ ਹੈਗਾ ਸੀ, ਨਾਂ ਲੈ ਦੋ ਜੀ ਉਹਦਾ, ਸਾਲੂ ਮੁਸਲਮਾਨ ਸੀ, ਬੜਾ ਦਲੇਰ ਸੀ ਜੀ, ਅੱਛਾ ਜੀ, ਉਹਦਾ ਪਰ ਆਪਣਾ ਪਿੰਡ ਸੀ, ਅੱਛਾ, ਸਾਲੂ ਦੇ ਮੁੰਡਾ, ਕੀ ਨਾਂ ਸੀ ਜੀ ਸਾਲੂ? ਪਿੰਡ ਕੀ, ਪਿੰਡ ਦਾ ਨਾਂ ਕੀ ਸੀ ਜੀ? ਪਿੰਡ ਦਾ ਨਾਂ ਉਹਦਾ ਮਿਰਜ਼ਾ ਸੀ, ਮਿਰਜ਼ਾ ਪਿੰਡ, ਹਾਂਜੀ, ਹਲੋ ਸਾਲੂ ਜੀ, ਜੇ ਤੁਸੀਂ ਜਾਂ ਤੁਹਾਡੀ ਕੋਈ ਬੇਟਾ ਬੇਟੀ ਸੁਣ ਰਹੇ ਆ, ਤੇ ਦੇਖੋ ਜੀ ਜੋ ਕੰਮ ਕੀਤੇ ਤੁਸੀਂ ਦਲੇਰ ਸੀ ਮਰਦ ਸੀ, ਤੇ ਤੁਹਾਡਾ ਦਲੇਰਾ ਮਰਦਾ ਜੀ ਨਾ ਗਿਣਿਆ ਜਾ ਰਿਹਾ ਜੀ, ਤੇ ਬਾਕੀ
ਮੇਲਾ ਵਗੈਰਾ ਉਧਰ ਕੋਈ ਖਾਸ ਇਹੋ ਜਿਹੀ ਯਾਦ ਕੋਈ ਮਤਲਬ ਵਿਸਾਖੀ ਲੱਗਦੀ ਹੁੰਦੀ ਸੀ ਮਿਆਣੀ। ਅੱਛਾ ਜੀ ਮਿਆਣੀ, ਅੱਛਾ ਮਿਆਣੀ ਇੱਕ ਤਾਂ ਆਪਣੇ ਕੋਲ ਉਧਰ ਵੀ ਮਿਆਣੀ ਹੈ। ਉਹ ਮਿਆਣੀ ਬੜੀ ਮਸ਼ਹੂਰ ਲੂਣ ਮਿਆਣੀ ਹੈ ਜੀ, ਉਹ ਬੜੀ ਵੱਡੀ ਮਿਆਣੀ। ਅੱਛਾ ਜੀ ਉੱਥੋਂ ਦੀ ਗੱਲ ਸੁਣ ਲਓ। ਹਾਂਜੀ ਉੱਥੇ ਕਹਿੰਦੇ ਵੀ ਇਹ ਪਠਾਣੀ ਕੋਈ ਪਠਾਨ ਮਰ ਜਾਏ ਤੇ ਰੋਂਦਾ ਨਹੀਂ। ਅੱਛਾ ਤੇ ਉਹ ਪਠਾਨ ਗਿਆ ਤੇ ਉਹ ਅੱਗੇ ਸਿੱਖ ਗਲੀ ਚ ਬੈਠਾ ਸੀ। ਹਾਂਜੀ ਉਹਨੇ ਮਾਰੀ ਗੋਲੀ ਪਠਾਨ ਨੂੰ ਹੋੜਾ ਕੇ ਰੱਖ ਦਿੱਤਾ। ਅੱਛਾ ਜੀ ਤੇ ਉਹ ਪਠਾਣੀ ਅਸੀਂ ਰੋਂਦੀ ਵੇਖੀ ਆਪਣੀ ਅੱਖੀ। ਕਿਸੇ ਤਰੀਕੇ ਨਾਲ ਵਿਖਾ ਲਿਆ ਅਗਲਿਆਂ ਨੇ ਉਹ ਪਠਾਣੀ ਆਂਦੇ ਪਠਾਨ ਰੋਂਦੇ ਨੀ ਮਰੇ, ਰੋਂਦਾ ਕੌਣ ਨੀ ਮਰਦੇ ਸਾਰੇ ਰੋਂਦੇ ਨੀ। ਹਾਂਜੀ ਦੇਖੋ ਜੀ ਜਿਹੜੇ ਰੱਬ ਨੇ ਕਾਨੂੰਨ ਬਣਾਏ ਆ ਉਹਨੂੰ ਬੰਦਾ ਨਹੀਂ ਤੋੜ ਸਕਦਾ, ਬੰਦਾ ਬਿਲਡਿੰਗਾਂ ਬਣਾ ਸਕਦਾ, ਰਾਹ ਬਣਾ ਸਕਦਾ, ਹਥਿਆਰ ਬਣਾ ਸਕਦਾ, ਪਰ ਜਿਹੜਾ ਸਿਸਟਮ ਰੱਬ ਨੇ ਬਣਾਇਆ ਨਾ ਉਹ ਚ ਬੰਦਾ ਇੰਟਰਫੇਅਰ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਤੇ ਬਾਪੂ ਜੀ ਫਿਰ ਇਲਾਕੇ ਚ ਕਿਤੇ ਉਧਰ ਜਾਣ ਦਾ ਦਿਲ ਮਤਲਬ ਕਰਦਾ ਫਿਰ ਦੁਬਾਰਾ ਪਾਕਿਸਤਾਨ ਉਸ ਜਗ੍ਹਾ ਤੇ ਜਾਇਆ ਜਾਵੇ? ਪਿਛਲਾ ਪਿੰਡ ਸੀ ਜਿਥੋਂ ਦੇ ਫਕੀਰ ਸਿੰਘ ਹੋਰਾਂ ਨੇ ਇੰਟਰਵਿਊ ਦਿੱਤੀ ਹੈ। ਹਾਂਜੀ ਬੜਾ ਵੱਡਾ ਪਿੰਡ ਸੀ, ਨਵਾਂ ਪਿੰਡ ਸੀ। ਅੱਛਾ ਜਿਹੜਾ ਜਾਮ ਕੇ ਉਹ ਦੱਸ ਦਿਓ, ਬਾਹਲਾ ਦੋ ਬਾਜ਼ਾਰ ਹੀ ਦੱਸ ਦਿਓ। ਹਾਂ ਉਹ ਪਿੰਡ ਹੀ ਸਾਡਾ ਉਹ ਹੀ। ਹਾਂਜੀ ਉੱਥੇ ਵੀ ਅਸੀਂ ਵਿਆਹ ਸ਼ਾਦੀ ਉੱਥੇ ਜਾ ਕੇ ਕਰਦੇ ਹੁੰਦੇ ਸਾਂ ਆਪਣੇ ਪਿੰਡ। ਠੀਕ ਹੈ ਜੀ। ਹਾਂਜੀ ਬਹੁਤ ਵੱਡਾ ਪਿੰਡ ਸੀ, ਬਹੁਤ ਵਧੀਆ ਗੁਰਦੁਆਰਾ ਸੀ ਉੱਥੇ। ਹਾਂਜੀ ਬਹੁਤ ਵੱਡੇ ਸਕੂਲ ਸਨ ਉੱਥੇ ਜੀ, ਬਹੁਤ ਪਿੰਡ ਦੇ ਵਿੱਚ ਰਾਇ ਸੀ, ਹਲਵਾਈ ਬੜੇ ਸਨ ਜੀ ਜੀ। ਬਾਕੀ ਬਹੁਤ ਤਗੜਾ ਪਿੰਡ ਸੀ ਸਾਡਾ ਜਾਮ ਕੇ ਚੀਨਿਆਂ ਦੇ। ਠੀਕ ਹੈ ਠੀਕ ਹੈ। ਤਿੰਨ ਤਿੰਨ ਮੀਲ ਤੱਕ ਜ਼ਮੀਨ ਸੀ ਇੱਥੋਂ ਫਿਰ ਤੁਸੀਂ ਉੱਠ ਕੇ ਮਤਲਬ ਥੋੜਾ ਪਰੇ ਚਲੇ ਗਏ। ਹਾਂਜੀ ਇੱਥੋਂ ਉੱਠ ਕੇ। ਇਹ ਜੀ ਜਿਹੜਾ ਤੁਹਾਡਾ ਆਪਣੇ ਇਹ ਪਿੰਡ ਪੈਂਦਾ ਸੀ ਹਰਨਾਮਪੁਰ ਬਾਰਡਰ ਤੋਂ, ਇੱਥੋਂ ਜਿਹੜਾ ਹੁਣ ਬਾਰਡਰ ਆ ਇਹ ਤੋਂ ਕਿੰਨਾ ਦੂਰ ਸੀ ਪਰੇ ਜੀ? ਬਾਰਡਰ ਤੋਂ ਬਹੁਤ ਦੂਰ ਸੀਗਾ ਜੀ, ਤਕਰੀਬਨ 60-70 60-70 ਕਿਉਂਕਿ ਜਿਹੜੇ ਲਾਹੌਰ ਵਾਲੇ ਉਹ 6-6 ਆ ਗਏ, ਪਰ ਜਿਹੜੇ 60-70 ਕਿਲੋਮੀਟਰ ਵਾਲੇ ਗੁੰਡਿਆਂ ਚੋਰਾਂ ਚੱਕਿਆਂ ਨੂੰ ਵੀ ਉਹ ਹੁੰਦਾ ਵੀ ਇਹਨਾਂ ਭੱਜਣਾ ਦੂਰ ਆਉਣੇ ਉਹਨਾਂ ਨੂੰ ਫੜੋ ਪਹਿਲੋਂ। ਹਾਂਜੀ ਹਾਂਜੀ। ਤੇ ਪਿੰਡ ਜਾਣ ਦਾ ਬਾਪੂ ਜੀ ਮਨ ਹੈਗਾ ਵਾ, ਪਰ ਹਾਲੇ ਮਤਲਬ ਗੱਲ ਜੀ ਬਣ ਨਹੀਂ ਰਹੀ ਤੁਹਾਡੇ ਵਸਤਾ ਹੋ ਗਈ ਹੈ। ਹਾਂਜੀ ਤੇ ਥੋੜਾ ਜਾਣਾ ਆਉਣਾ ਔਖਾ ਹੋਣਾ। ਠੀਕ ਹੈ ਜੀ, ਦਿਲ ਤੇ ਕਰਦਾ। ਚਲੋ ਜੀ ਚਲੇ ਜਾਈਏ ਤੇ ਆਪਾਂ ਪੁੱਛ ਪੁੱਛ ਕੇ ਮਿਲ ਸਕਦੇ ਹਾਂ ਬੰਦੇ ਬਹੁਤ ਨੇ ਉੱਥੇ। ਅੱਛਾ ਜੀ ਠੀਕ ਹੈ, ਸਾਡੇ ਦਾਦਿਆਂ ਦੇ ਵਾਕਬ। ਅੱਛਾ ਜੀ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ, ਮੈਨੂੰ ਲੱਗਾ ਸੀ ਪਤਾ ਵੀ ਜਦੋਂ ਇਹ ਕੰਮ ਹੋਇਆ ਨਾ ਹਿਸਾਬ ਕਿਤਾਬ ਜਿਹਾ ਸ਼ੁਰੂ ਹੋਇਆ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰ ਬਾਰ ਨਹੀਂ ਛੱਡ ਸਕੇ ਉਹਨਾਂ ਨੇ ਫਿਰ ਇਸਲਾਮ ਕਬੂਲ ਕਰ ਲਿਆ ਤੇ ਉਹ ਉੱਥੇ ਉਧਰ ਹੀ ਰਹਿ ਗਏ। ਇਹ ਕਿੰਨਾ ਹੋਇਆ ਜੀ? ਉਹ ਨਾ ਇੱਕ ਭੰਡਾ ਵਾਲੀ ਪਿੰਡ ਵੱਜਦਾ ਕੰਡਾ ਵਾਲੀ। ਅੱਛਾ ਜੀ। ਉਹਦਾ ਨਾਂ ਤੇ ਹੋਰ ਸੀ। ਹਾਂਜੀ ਪਰ ਉਹ ਕੋਈ ਇਹੋ ਜਿਹੇ ਬੰਦੇ ਨੂੰ ਪਿੰਡ ਦਾ ਨਾਂ ਕੰਡਾ ਵਾਲੀ ਰੱਖ ਦਿੱਤਾ। ਠੀਕ ਹੈ ਜੀ। ਉੱਥੇ ਇੱਕ ਸਾਡੇ ਮਾਸੀ ਜੀ ਜੀ ਉਹ ਜਿਹੜਾ ਲੜਕਾ ਸੀ ਨਾ ਹਾਂਜੀ ਉਹ ਵਾਪਸ ਚਲਾ ਗਿਆ ਉੱਥੇ। ਅੱਛਾ ਜੀ। ਉਹ ਹੁਣ ਉੱਥੇ ਹੀ ਬਿਰਾਜਮਾਨ। ਇਸਲਾਮ ਕਬੂਲ ਕਰ ਲਿਆ। ਇਸਲਾਮ ਕਬੂਲ ਕਰ ਲਿਆ ਤੇ ਉੱਥੋਂ ਸਾਡੇ ਮਾਮੇ ਸਨ। ਹਾਂਜੀ ਤੇ ਉਹ ਤੇ ਸਾਰੇ ਇੱਥੇ ਬੇਗੋਵਾਲ ਆ ਗਏ। ਠੀਕ ਹੈ ਜੀ। ਹਾਂਜੀ ਉਹ ਜਿਹੜਾ ਉਹਨੇ ਉੱਥੇ ਇਸਲਾਮ ਕਬੂਲ ਕਰ ਲਿਆ। ਠੀਕ ਹੈ ਜੀ। ਉਹ ਉੱਥੇ ਹੀ ਰਹਿੰਦੇ ਨੇ। ਇਹ ਜੀ ਜਿਹੜਾ ਇਸਲਾਮ ਕਬੂਲ ਕੀਤਾ ਆ ਹਾਂਜੀ ਉਹਨਾਂ ਚ ਮਤਲਬ ਬਹੁਤ ਜ਼ਿਆਦਾ ਲੋਕਾਂ ਨੇ ਕੀਤਾ ਜਾਂ ਟਾਵਾਂ ਟਾਵਾਂ ਕਿਸੇ ਨੇ? ਟਾਵਾਂ ਟਾਵਾਂ ਹੀ ਕੀਤਾ, ਉਹ ਇਸਲਾਮ ਕਬੂਲ ਪਹਿਲਾਂ ਵੀ ਕੀਤਾ ਸੀ। ਅੱਛਾ। ਇਸ ਟਾਈਮ ਦੇ ਉੱਤੇ ਹਿੰਦੁਸਤਾਨ ਆਜ਼ਾਦ ਸੀ ਨਾ ਸਾਰੇ ਆਪਾਂ। ਹਾਂਜੀ ਉਸ ਟਾਈਮ ਤੇ ਕਈ ਵਿੱਚ ਤੁਸੀਂ ਮੁਸਲਮਾਨ ਚੀਮੇ ਸੁਣਦੇ ਹੋ? ਹਾਂ ਸੁਣਦੇ ਹਾਂ, ਚੀਮੇ ਰੰਧਾਵੇ ਰੰਧਾਵੇ ਬਾਜਵੇ ਬਾਜਵੇ। ਹਾਂਜੀ ਇਹ ਬੜੇ ਬੜੇ ਤਗੜੇ ਇੱਥੇ ਖਿਡਾਰੀ ਸਨ। ਹਾਂਜੀ ਹਾਂਜੀ। ਤੇ ਉਹ ਅਸੀਂ ਵੀ ਉਸ ਟਾਈਮ ਦੇ ਉੱਤੇ ਹੌਲੇ ਹੌਲੇ ਖੇਡਾਂ ਵੇਖਦੇ ਹੁੰਦੇ ਹਾਂ ਤੇ ਉਹਨਾਂ ਨੂੰ ਲਿਆਉਣਾ ਕਰਨਾ ਉੱਧਰ ਤੇ ਉਹ ਖੇਡਾਂ ਕਰਾਉਣੀਆਂ ਉਹਨਾਂ ਕੋਲੋਂ, ਉਹਨਾਂ ਫਿਰ ਜਿੱਤ ਕੇ ਚਲੇ ਜਾਣਾ ਮਹੀਨਾ ਮਹੀਨਾ ਉਹਨਾਂ ਦੀ ਸੇਵਾ ਕਰਨੀ। ਇਹ ਬਾਪੂ ਜੀ ਮੈਨੂੰ ਇੱਕ ਗੱਲ ਦੱਸੋ ਵੀ ਇਹ ਮਤਲਬ ਇਸਲਾਮ ਜੋ ਸਿੱਖ ਇਸਲਾਮ ਕਬੂਲ ਕਰ ਰਹੇ ਸੀ ਉਹਦਾ ਕੀ ਕਾਰਨ ਸੀ? ਮਤਲਬ ਉਹਦਾ ਕਾਰਨ ਇਸ ਤਰ੍ਹਾਂ ਸੀ ਜੀ, ਇਹ ਕੋਈ ਸ਼ੁਰੂ ਤੋਂ ਛੋਟੇ ਉਮਰ ਦੇ ਵਿੱਚ ਹੀ ਕਿਤੇ ਆਪਸ ਵਿੱਚ ਇਹਨਾਂ ਦਾ ਕਿਤੇ ਪਿਆਰ ਪੈ ਗਿਆ ਲੜਕੀ ਨਾਲ। ਹਾਂ ਅੱਛਾ ਉਹਨਾਂ ਦਾ ਪਹਿਲਾਂ ਰੂਲ ਦਾ ਵੀ ਵਿਆਹ ਕਰਨਾ ਤੇ ਕ੍ਰਿਸ਼ਨਾਂ ਦਾ ਵੀ ਰੂਲ ਆ ਵੀ ਵਿਆਹ ਕਰਨਾ ਤੇ ਪਹਿਲਾਂ ਸਾਡਾ ਧਰਮ ਤੇ ਆਪਣੇ ਦੇ ਉਸ ਹਿਸਾਬ ਦਾ ਵੈ ਨਹੀਂ, ਬਾਬੇ ਨੇ ਕਿਹਾ ਸਾਰੇ ਇੱਕ ਆ ਇਹ ਚੱਕਰੀ ਹੈ ਨੀ ਆ, ਸਗੋਂ ਥੋੜਾ ਇੱਥੇ ਪੰਜਾਬ ਚ ਕੱਟੜਵਾਦੀਆਂ ਨੇ ਥੋੜਾ ਜਿਹਾ ਮਾਹੌਲ ਜਾਂਦੇ ਤੇ ਇੱਥੇ ਤਾਂ ਪਤਾ ਹੀ ਨਹੀਂ ਹੁੰਦਾ ਵੀ ਹਿੰਦੂ ਕੌਣ ਸਿੱਖ ਕੌਣ। ਹਾਂਜੀ ਤੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਮੌਕਾ ਦਿੱਤਾ ਤੇ ਬਹੁਤ ਹੀ ਹਰ ਗੱਲ ਨੂੰ ਕਲੀਅਰ ਕੀਤਾ ਦੱਸਿਆ ਤੇ ਬਾਕੀ ਜੋ ਵੀ ਤੁਹਾਡੇ ਪਿੰਡ ਦੇ ਆਸੇ ਪਾਸੇ ਜਾਂ ਲੋਕ ਸੁਣਦੇ ਹੋਣਗੇ, ਕਿਉਂਕਿ ਇਸ ਪਿੰਡ ਬੂਸੋਵਾਲ ਚ ਜੋ ਪਹਿਲਾਂ ਮੁਸਲਮਾਨ ਰਹਿੰਦੇ ਸੀ ਉਹਨਾਂ ਬਹੁਤ ਸਾਰਿਆਂ ਨੇ ਇੰਟਰਵਿਊ ਪਾਏ ਹੋਏ ਆ ਤੇ ਸਾਡਾ ਪੁਰਾਣਾ ਪਿੰਡ ਬੂਸੋਵਾਲ ਸੀ ਇਹ ਜੀ ਕਨਸਾਣਾ ਸਾਹਿਬ ਆ ਉਹਨਾਂ ਦਾ ਚੈਨਲ ਆ ਇੱਕ ਪਿੰਡ ਪੰਜਾਬ ਦਾ ਉੱਤੇ ਪਾਉਂਦੇ ਆ, ਮੈਂ ਉਹਨਾਂ ਨੂੰ ਕਈ ਵਾਰ ਮੇਲ ਚ ਮੈਸੇਂਜਰ ਤੇ ਵਟਸਐਪ ਤੇ ਫਿਰ ਇੱਥੋਂ ਦੀ ਵੀਡੀਓ ਸ਼ੂਟ ਕਰਕੇ ਘੱਲ ਦਿੰਦਾ ਹੁੰਦਾ ਤੇ
ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਰੱਬ ਅੱਗੇ ਅਰਦਾਸ ਕਰਦੇ ਆ ਵੀ ਇਹ ਜਿਹੜਾ ਮਾੜਾ ਮੌਕਾ ਆਇਆ ਸੀ ਇਹ ਗਾਂਹ ਤੋਂ ਨਾ ਵੀ ਇਹੋ ਜਿਹੀਆਂ ਨੀਵੀਆਂ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਆ ਜਿਹੜੇ ਚੋਰ ਮਚੱਕੇ ਲਟੇਰੇ ਆ ਨਾ ਉਹ ਲੈ ਜਾਂਦੇ ਮਜ਼ੇ ਪਰ ਜਿਹੜੇ ਇੱਜ਼ਤਦਾਰ ਲੋਕ ਆ ਉਹਨਾਂ ਦਾ ਤੇ ਮਤਲਬ ਜਿਹਨਾਂ ਨੇ ਕਦੀ ਆਪਣੀ ਪੱਗ ਨੂੰ ਇੱਜ਼ਤ ਨੂੰ ਦਾਗ ਨੀ ਲੱਗਣ ਦਿੱਤਾ ਹੁੰਦਾ ਉਹਨਾਂ ਦੀਆਂ ਕਈਆਂ ਦੀਆਂ ਇਸ ਤਰ੍ਹਾਂ ਜਲੂਸ ਨਿਕਲੇ ਗਏ ਜਿਹਨਾਂ ਦਾ ਕੋਈ ਮਤਲਬ ਨਹੀਂ ਸੀ ਉੱਥੇ ਵੇਖਿਆ ਜੀ ਅਸੀਂ ਹਾਂਜੀ ਕਿਹੜੀ ਇਹ ਮਤਲਬ ਅਸੀਂ ਇੱਕ ਗੱਲ ਵੇਖੀ ਏ ਹਾਂਜੀ ਜਦੋਂ ਅਸੀਂ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਨਾ ਹਾਂਜੀ ਸਾਡੇ ਧੀਆਂ ਭੈਣਾਂ ਇਧਰੋਂ ਲਾਲਿਆਂ ਦੀਆਂ ਜਿਹੜੇ ਸ਼ਹਿਰ ਦੇ ਖੱਤਰੀਆਂ ਦੇ ਰਹਿਣ ਵਾਲੀਆਂ ਨਾ ਉਹ ਮੁਸਲਮਾਨਾਂ ਦੇ ਮਗਰ ਭੱਜੀਆਂ ਤੁਰੀਆਂ ਜਾਂਦੀਆਂ ਨੰਗੀ ਪੈਰ ਥੁੱਥਣਾ ਟੰਗੀਆਂ ਇਹ ਵੀ ਅੱਖੀ ਵੇਖੀ ਮਤਲਬ ਭਜਾ ਕੇ ਲੈ ਹਮਲਾ ਕੀਤਾ ਹਾਂਜੀ ਜਾਨ ਤੋਂ ਡਰ ਨਹੀਂ ਮਾਰੀਆਂ ਜਾਨ ਤੋਂ ਕਹਿ ਸਕਦਾ ਚਲੋ ਹੁਣ ਇਹੋ ਹੀ ਰੱਬ ਨੂੰ ਕਹਿੰਦੇ ਆ ਵੀ ਰੱਬਾ ਇਹੋ ਜਿਹੀਆਂ ਹਨੇਰੀਆਂ ਨਾ ਲਿਆਈ ਕਿਉਂਕਿ ਜਿਹੜਾ ਇਹੋ ਜਿਹੀਆਂ ਹਨੇਰੀਆਂ ਜਿਹੜੇ ਇਸ਼ਨਾਨ ਹੁੰਦੇ ਉਹਦੇ ਉਹਨਾਂ ਤੋਂ ਹੁੰਦਾ ਹੀ ਨੀ ਕੰਮ ਹੀ ਉਹਨਾਂ ਕੀਤਾ ਹੁੰਦਾ ਤੇ ਜਿਹੜੇ ਵਿਚਾਰੇ ਸੱਜਣ ਬੰਦੇ ਆ ਨਾ ਉਹਨਾਂ ਦਾ ਨਾਸ਼ ਹੋ ਜਾਂਦਾ ਜੀ ਬਿਲਕੁਲ ਜੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ।